ਕਈ ਵਾਰ ਲੋਕੀ ਆਪਣੇ ਟਾਈਮ ਨੂੰ ਮੈਨੇਜ ਨਹੀਂ ਕਰ ਪਾਉਂਦੇ, ਟਾਈਮ 'ਤੇ ਆਪਣਾ ਕੰਮ ਕੰਪਲੀਟ ਨਹੀਂ ਕਰ ਪਾਉਂਦੇ ਅਤੇ ਬਾਅਦ ਵਿੱਚ ਐਕਸਕਿਊਜ਼ ਦਿੰਦੇ ਹੈ ਕਿ ਲੋਕਾਂ ਦੇ ਕਾਰਨ ਉਹਨਾਂ ਦਾ ਟਾਈਮ ਵੇਸਟ ਹੋ ਗਿਆ, ਇਸ ਲਈ ਉਹ ਆਪਣਾ ਕੰਮ ਟਾਈਮ 'ਤੇ ਪੂਰਾ ਨਹੀਂ ਕਰ ਪਾਏ। ਇਸ ਗੱਲ ਦੇ ਜਵਾਬ ਵਿੱਚ ਕਿਸੇ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਜੇ ਕਿਸੇ ਨੇ ਤੁਹਾਡੇ 10 ਮਿੰਟ ਵੇਸਟ ਕੀਤੇ ਹੈ ਅਤੇ ਇਸ ਵਿੱਚੋਂ 8 ਮਿੰਟ ਸਿਰਫ ਅਤੇ ਸਿਰਫ ਤੁਹਾਡੀ ਆਪਣੀ ਗਲਤੀ ਦੇ ਕਾਰਨ ਵੇਸਟ ਹੋਏ ਨੇ। ਦੋਸਤੋ, ਤੁਹਾਨੂੰ ਥਾਂ ਥਾਂ 'ਤੇ ਇੱਦਾਂ ਦੇ ਲੋਕ ਮਿਲ ਜਾਣਗੇ ਜੋ ਪੂਰੀ ਇਮਾਨਦਾਰੀ ਨਾਲ ਤੁਹਾਡਾ ਟਾਈਮ ਵੇਸਟ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਉਹਨਾਂ ਕੋਲ ਟਾਈਮ ਹੈ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਬਿਜ਼ੀ ਹੋ, ਉਹ ਪੂਰੀ ਇਮਾਨਦਾਰੀ ਨਾਲ ਤੁਹਾਡਾ ਟਾਈਮ ਵੇਸਟ ਕਰਨ ਦੀ ਕੋਸ਼ਿਸ਼ ਕਰਨਗੇ। ਕਈ ਵਾਰ ਇਹ ਕੋਸ਼ਿਸ਼ ਅਣਜਾਣੇ ਵਿੱਚ ਹੋਊਗੀ ਅਤੇ ਕਈ ਵਾਰ ਪੂਰੇ ਹੋਸ਼ ਵਿੱਚ, ਅਤੇ ਉਹ ਇਸੇ ਤਰ੍ਹਾਂ ਹੀ ਤੁਹਾਡਾ ਟਾਈਮ ਵੇਸਟ ਕਰਦੇ ਰਹਿਣਗੇ। ਤੁਹਾਨੂੰ ਇਹ ਖੁਦ ਨੂੰ ਸਮਝਣਾ ਹੋਵੇਗਾ ਕਿ ਜੇ ਲੋਕ ਤੁਹਾਡਾ ਟਾਈਮ ਵੇਸਟ ਕਰ ਰਹੇ ਆ ਤਾਂ ਇਸ ਵਿੱਚ ਉਹਨਾਂ ਦੀ ਨਹੀਂ ਬਲਕਿ ਤੁਹਾਡੀ ਆਪਣੀ ਗਲਤੀ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਹੱਕ ਦੇ ਰਹੇ ਹੋ ਆਪਣਾ ਟਾਈਮ ਵੇਸਟ ਕਰਨ ਦਾ। ਜੇ ਲੋਕ ਵਟਸਐਪ 'ਤੇ ਤੁਹਾਡਾ ਟਾਈਮ ਵੇਸਟ ਕਰ ਰਹੇ ਆ ਤਾਂ ਉਹਨਾਂ ਨੂੰ ਜਵਾਬ ਦੇਣਾ ਬਿਲਕੁਲ ਜ਼ਰੂਰੀ ਨਹੀਂ ਹੈ। ਤੁਸੀਂ ਆਪਣਾ ਇੰਟਰਨੈਟ ਕਨੈਕਸ਼ਨ ਔਫ ਕਰਕੇ ਆਪਣੇ ਕੰਮ 'ਤੇ ਫੋਕਸ ਕਰ ਸਕਦੇ ਹੋ। ਜੇ ਕਿਸੇ ਨਾਲ ਤੁਹਾਡੀ ਬਹਿਸ ਹੋ ਜਾਂਦੀ ਹੈ ਅਤੇ ਤੁਸੀਂ ਆਪਣਾ ਟਾਈਮ ਬਚਾਉਣਾ ਚਾਹੁੰਦੇ ਹੋ ਤਾਂ ਉਸ ਬਹਿਸ ਵਿੱਚ ਆਪਣੀ ਹਾਰ ਮੰਨ ਲਓ। ਭਾਵੇਂ ਤੁਸੀਂ ਸਹੀ ਹੋ, ਫਿਰ ਵੀ ਸਾਹਮਣੇ ਵਾਲੇ ਨੂੰ ਬਹਿਸ ਵਿੱਚ ਜਿੱਤਣ ਦੀ ਖੁਸ਼ੀ ਮਨਾ ਲੈਂਦੋ ਅਤੇ ਤੁਸੀਂ ਆਪਣਾ ਟਾਈਮ ਬਚਾਉਣ ਦਾ ਜਸ਼ਨ ਮਨਾ ਲਓ। ਇਹ ਤੁਹਾਡਾ ਟਾਈਮ ਹੈ, ਤੁਹਾਡੀ ਲਾਈਫ ਹੈ ਅਤੇ ਤੁਹਾਨੂੰ ਪੂਰਾ ਅਧਿਕਾਰ ਹੈ ਆਪਣੇ ਟਾਈਮ ਨੂੰ ਬਚਾਉਣ ਦਾ, ਆਪਣੀ ਲਾਈਫ ਨੂੰ ਮੈਨੇਜ ਕਰਨ ਦਾ। ਪਰ ਇਹ ਸਭ ਉਦੋਂ ਹੀ ਹੋ ਪਾਊਗਾ ਜਦੋਂ ਤੁਸੀਂ ਲੋਕਾਂ ਨੂੰ ਨਾ ਕਹਿਣਾ ਸ਼ੁਰੂ ਕਰੋਗੇ। ਇਸ ਤਰ੍ਹਾਂ ਤੁਸੀਂ ਆਪਣੇ ਟਾਈਮ ਨੂੰ ਮੈਨੇਜ ਵੀ ਕਰ ਪਾਓਗੇ ਅਤੇ ਆਪਣਾ ਹਰ ਕੰਮ ਟਾਈਮ 'ਤੇ ਪੂਰਾ ਵੀ ਕਰ ਪਾਓਗੇ। ਸੋ ਇਹ ਸੀ ਅੱਜ ਦਾ ਕਵਿਕ ਮੋਰਨਿੰਗ ਲੈਸਨ। ਜੇ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਵਟਸਐਪ 'ਤੇ ਫਨੀ ਵੀਡੀਓਜ਼ ਤਾਂ ਜ਼ਰੂਰ ਸ਼ੇਅਰ ਕਰਦੇ ਹੋਣੇ, ਅੱਜ ਇਸ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਫਰੈਂਡ ਅਤੇ ਫੈਮਿਲੀ ਦੀ ਲਾਈਫ ਵਿੱਚ ਵੀ ਕੋਈ ਵੈਲਿਊ। ਜੇ ਤੁਸੀਂ ਆਪਣੇ ਹਰ ਦਿਨ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਇੱਕ ਸ਼ਾਨਦਾਰ ਵਿਚਾਰ ਨਾਲ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦੱਬ ਦਿਓ, ਕਿਉਂਕਿ ਹਰ ਸਕਸੈਸ ਦੀ ਸ਼ੁਰੂਆਤ ਬਸ ਇੱਕ ਵਿਚਾਰ ਨਾਲ ਹੁੰਦੀ ਹੈ ਅਤੇ ਕੀ ਪਤਾ ਕਿਹੜਾ ਵੀਡੀਓ ਤੁਹਾਡੀ ਪੂਰੀ ਲਾਈਫ ਚੇਂਜ ਕਰ ਦੇਵੇ। ਆਪਣੀ ਇਸ ਮਿਲੀਅਨ ਡਾਲਰ ਮੋਰਨਿੰਗ ਦਾ ਕੁਝ ਸਮਾਂ ਸਾਡੇ ਨਾਲ ਬਿਤਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁੱਡ ਬਾਏ ਐਂਡ ਹੈਵ ਏ ਪ੍ਰੋਡਕਟਿਵ ਡੇ।